ਰੋਲਿੰਗ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕੰਵਲਪ੍ਰੀਤ ਸਿੰਘ ਅਤੇ ਵੀ ਰੀਸੈਂਟਲੀ ਡਿਡ ਓਜਸਵੀ ਸ਼ਰਮਾ ਜੀ ਵੀ ਰੀਸੈਂਟਲੀ ਡਿਡ ਅ ਫਿਲਮ ਕਾਲਡ ਜ਼ੁਬਾਨ ਅਤੇ 2018 ਦੇ ਵਿੱਚ ਫਿਲਮ ਦੀ ਰਿਲੀਜ਼ ਹੈਗੀ ਹੈ ਐਂਡ ਵੀ ਗੋਟ ਦੀ ਬੈਸਟ ਐਕਟਰ ਅਵਾਰਡ ਫੋਰ ਦੈਟ ਫਿਲਮ ਐਟ ਹਰਿਆਣਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਹਿਸਾਰ। ਓਜਸਵੀ ਸ਼ਰਮਾ ਹੈਜ਼ ਪ੍ਰੋਡਿਊਸਡ ਡਾਇਰੈਕਟਡ ਐਂਡ ਕਨਸੀਵਡ ਦ ਫਿਲਮ। ਮਤਲਬ ਇੰਨੀ ਸੋਹਣੀ ਫਿਲਮ ਬਣਾਈ ਕਿ ਅਵਾਰਡ ਲੈ ਗਈ ਫਿਲਮ। ਮਤਲਬ ਜਸਟ ਇਮੈਜਿਨ ਕਿ ਪਿਕਚਰ ਦੇ ਵਿੱਚ ਕੀ ਹੋਏਗਾ। ਅਤੇ ਬਾਕੀ ਭਾਅ ਜੀ ਕੰਟੀਨਿਊ ਕਰ। ਥੈਂਕ ਯੂ ਸੋ ਮਚ ਸਾਰਿਆਂ ਨੂੰ ਜੋ ਵੀ ਇਹ ਵੀਡੀਓ ਦੇਖ ਰਹੇ ਹੈ। ਇਹ ਅਵਾਰਡ ਕਮਲ ਕੇ ਲੀ ਔਰ ਰਿਵਾਰਡ ਐਕਚੁਲੀ ਹਮਾਰੀ ਪੂਰੀ ਟੀਮ ਕੇ ਲੀ ਹਮਾਰੀ ਆਡੀਅੰਸ ਕੇ ਲੀ ਜਿਨ੍ਹਾਂ ਹਮਾਰੇ ਸਾਥ ਇਤਨੇ ਸਾਲ ਜੁੜੇ ਰਹੇ, ਹਮਾਰੇ ਪੇ ਵਿਸ਼ਵਾਸ ਰੱਖਾ, ਹਮਾਰੇ ਪੂਰੇ ਯੂਨਿਟ ਕੇ ਲੀ, ਚਾਹੇ ਵੋ ਹਮਾਰੇ ਐਕਟਰਸ ਹੋਂ, ਆਰਟਿਸਟ ਹੋਂ, ਹਮਾਰੇ ਟੈਕਨੀਸ਼ੀਅਨਸ ਹੋਂ, ਜੋ ਵੀ ਲੋਕ ਇਸ ਫਿਲਮ ਕੇ ਸਾਥ ਜੁੜੇ ਔਰ ਸ਼ੁਰੂਆਤ ਸੇ ਲੈ ਕੇ ਅੰਤ ਤੱਕ ਜੁੜੇ ਰਹੇ, ਔਰ ਖਾਸ ਕਰ ਉਨ ਲੋਕਾਂ ਕਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਜੋ ਇਸ ਫਿਲਮ ਕੇ ਸਾਥ ਨਹੀਂ ਜੁੜੇ। ਉਸਸੇ ਹਮੇ ਕਲੈਰਿਟੀ ਮਿਲੀ ਔਰ ਹਮ ਫਿਲਮ ਬਣਾਨੇ ਕੇ ਲੀ ਔਰ ਜ਼ਿਆਦਾ ਡਿਟਰਮਿੰਟ ਹੋ ਗਏ ਕਿ ਹਮਨੇ ਇਹ ਫਿਲਮ ਬਣਾਨੀ ਹੈ ਔਰ ਇਸ ਫਿਲਮ ਕੇ ਜ਼ਰੀਏ ਹਮੇ ਬਹੁਤ ਲੋਕਾਂ ਤੱਕ ਇਸ ਕਹਾਣੀ ਕੋ ਪਹੁੰਚਾਨਾ ਹੈ। ਤੋ ਬਹੁਤ ਅੱਛਾ ਲਗਾ ਕਿ ਕੱਲ੍ਹ ਹਰਿਆਣਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਜੋੜੀ ਨੇ ਇਸ ਪੂਰੇ ਇਵੈਂਟ ਨੇ ਜ਼ੁਬਾਨ ਫਿਲਮ ਔਰ ਕੰਵਲਪ੍ਰੀਤ ਕੋ ਬੈਸਟ ਐਕਟਰ ਸੇ ਨਵਾਜ਼ਾ। ਹਮ ਤਹਿ ਦਿਲ ਸੇ ਸ਼ੁਕਰੀਆ ਗੁਜ਼ਾਰ ਹੈ ਸਬਕੇ, ਆਪਕੇ, ਔਰ ਆਪ ਹਮਾਰੇ ਸਾਥ ਜੁੜੇ ਰਹੇ, ਦੇਖਤੇ ਰਹੇ ਹਮਾਰੀ ਫਿਲਮੇ, ਹਮਾਰੇ ਸਾਥ ਬਣੇ ਰਹੇ, ਧੰਨਵਾਦ। ਐਂਡ ਵਿਲ ਜਸਟ ਸੇ ਵਨ ਥਿੰਗ, ਦਿਸ ਇਜ਼ ਜਸਟ ਦ ਬਿਗਨਿੰਗ। ਦ ਬਿਗਨਿੰਗ।